ਤੇ ਮੈਨੂੰ ਗੁਰਦਾਸ ਮਾਨ ਇਦਾਂ ਮੇਰਾ ਹੋ ਗਿਆ ਨਾਮ ਪੈ ਗਿਆ ਮੈਮ ਮੈਂ ਮੇਲੇ ਵਗੈਰਾ ਸ਼ੁਰੂ ਕਰਤੇ ਸੀ ਮੇਲੇ ਲਗਾਉਣ ਐਜ਼ ਏ ਮਤਲਬ ਕਿ ਪੀਰਾਂ ਦੇ ਮੇਲੇ ਹੁੰਦੇ ਜਿੱਦਾਂ ਨਾ ਇੱਦਾਂ ਮੇਲੇ ਕਰਦਾ ਸੀ ਮੈਨੂੰ ਮੈਨੂੰ ਗੁਰਦਾਸ ਮਾਨ ਤਾਂ ਪੈ ਗਿਆ ਨਾਮ ਕਿ ਮੈਂ ਗੁਰਦਾਸ ਮਾਨ ਦੇ ਗਾਣਿਆਂ 'ਤੇ ਜ਼ਿਆਦਾ ਕੋਰੋਗ੍ਰਾਫੀ ਕਰਦਾ ਸੀ ਇਸ ਕਰਕੇ ਮੇਰਾ ਨਾਮ ਮੈਨੂੰ ਗੁਰਦਾਸ ਮਾਨ ਪਿਆ। ਗਿੱਪੀ ਗਰੇਵਾਲ ਸਾਹਿਬ ਨੇ ਮੰਜੇ ਵਿਸਰ ਮੂਵੀ ਆਈ ਸੀ ਨਾ ਫਸਟ ਮੂਵੀ ਉਹਦੇ 'ਚ ਵੀ ਆਪਣਾ ਰੋਲ ਸੀਗਾ ਡੋਗਰ ਦਾ ਰੋਲ ਕੀਤਾ ਸੀ ਮੈਂ। ਮਤਲਬ ਕਿ 12-13 ਸਾਲ ਉਹ ਤਾਂ ਘਰਦਿਆਂ ਨੂੰ ਮਿਲਦਾ ਜ਼ਰੂਰ ਸੀ ਪਰ ਮੈਂ ਰਹਿੰਦਾ ਨਹੀਂ ਸੀ ਉਹਨਾਂ ਕੋਲ। 12-13 ਸਾਲ ਬਾਅਦ ਮੈਂ ਆਪਣੇ ਘਰਦਿਆਂ ਕੋਲ ਪੱਕਾ ਚਲ ਗਿਆ ਸੀ। ਸਟਾਰਟਿੰਗ 'ਚ ਮੈਨੂੰ ਲੋਕ ਬਹੁਤ ਹੀ ਜ਼ਿਆਦਾ ਬੋਲੇ ਲੋਕ, ਮਤਲਬ ਮੈਂ ਪਰੇਸ਼ਾਨ ਹੁੰਦਾ ਸੀ, ਰੋਣ ਵੀ ਲੱਗ ਜਾਂਦਾ ਸੀ, ਕਿਸੇ ਨੇ ਮੈਨੂੰ ਮਜ਼ਾਕ ਕਰ ਦੇਣਾ। ਇਸ ਤੱਕ ਕਿ ਲੋਕ ਮੈਨੂੰ ਨਾਲ ਲਿਜਾਣ ਤੋਂ ਵੀ ਕਹਿੰਦੇ ਹੁੰਦੇ ਸੀ, ਸਗੇ ਰਿਸ਼ਤੇਦਾਰ ਵੀ ਮੇਰੇ ਇਹ ਕਹਿੰਦੇ ਹੁੰਦੇ ਸੀ ਕਿ ਇਹਨੂੰ ਨਾਲ ਨਹੀਂ ਲੈ ਕੇ ਜਾਣਾ, ਕਿ ਲੋਕ ਸਾਡੀਆਂ ਵੀਡੀਓ ਬਣਾਉਣਗੇ। ਉਹੀ ਲੋਕ ਜਿਹੜੇ ਪਹਿਲਾਂ ਮੈਨੂੰ ਦੇਖ ਨੂੰ ਮਜ਼ਾਕ ਉਡਾਉਂਦੇ ਸੀ ਉਹੀ ਲੋਕ ਅੱਜ ਕੱਲ੍ਹ ਮੈਨੂੰ ਕਹਿੰਦੇ ਕਿ ਬਾਬੂ ਸਾਡੇ ਨਾਲ ਫੋਟੋ ਬਣਾ ਵੀਡੀਓ ਖਿੱਚੋ। ਸਟਾਰਟਿੰਗ ਫਾਈਨੈਂਸ਼ਲੀ ਕੁਛ ਵੀ ਨਹੀਂ ਸੀਗੀ, ਮੈਂ ਹੌਲੀ ਹੌਲੀ ਮੈਂ ਸਟਾਰਟਿੰਗ ਮੈਮ ਤੁਹਾਨੂੰ ਦੱਸਾਂ ਜਦੋਂ ਮੈਂ ਲਾਈਨ ਦੇ ਵਿੱਚ ਮੈਂ 100-150 ਦੇ ਵਿੱਚ ਸਟਾਰਟਿੰਗ ਕੀਤੀ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਲਿਓ ਉਦਾਹਰਨ ਟਾਈਮਸ ਅਤੇ ਮੈਂ ਹਾਂ ਹਰਸ਼ ਕੌਰ। ਅੱਜ ਸਾਡੇ ਨਾਲ ਮੌਜੂਦ ਨੇ ਮਿੰਨੀ ਗੁਰਦਾਸ ਮਾਨ ਦੇ ਨਾਮ ਨਾਲ ਜਾਣੇ ਜਾਂਦੇ ਨੇ, ਤਾਂ ਆਪਾਂ ਜ਼ਰੂਰ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਇਹਨਾਂ ਦੀ ਜਰਨੀ ਰਹੀ ਕੀ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਟਾਈਮ ਕੱਢਿਆ ਅਤੇ ਮੈਂ ਤੁਹਾਡਾ ਆਪਣਾ ਮਿੰਨੀ ਗੁਰਦਾਸ ਮਾਨ। ਅਤੇ ਅਸਲੀ ਨਾਮ ਕੀ ਹੈ ਅਤੇ ਮਿੰਨੀ ਗੁਰਦਾਸ ਮਾਨ ਕਿਵੇਂ ਪਿਆ ਨਾਮ? ਮੇਰਾ ਨਾਮ ਅਸਲੀ ਨਾਮ ਉੱਦਾਂ ਮੈਮ ਸੁਖਵਿੰਦਰ ਸਿੰਘ ਆ, ਉੱਦਾਂ ਮੈਨੂੰ ਬਾਵੇ ਦੇ ਨਾਂ 'ਤੇ ਜ਼ਿਆਦਾ ਜਾਣਦੇ ਨੇ ਅਤੇ ਮੈਨੂੰ ਗੁਰਦਾਸ ਮਾਨ ਇੱਦਾਂ ਮੇਰਾ ਹੋ ਗਿਆ ਨਾਮ ਪੈ ਗਿਆ ਮੈਮ। ਮੈਂ ਮੇਲੇ ਵਗੈਰਾ ਸ਼ੁਰੂ ਕਰਤੇ ਸੀ ਮੇਲੇ ਲਗਾਉਣਾ, ਐਜ਼ ਏ ਮਤਲਬ ਕਿ ਪੀਰਾਂ ਦੇ ਮੇਲੇ ਹੁੰਦੇ ਜਿੱਦਾਂ ਨਾ ਇੱਦਾਂ ਮੇਲੇ ਕਰਦਾ ਸੀ ਮੈਨੂੰ ਮਿੰਨੀ ਗੁਰਦਾਸ ਮਾਨ ਤਾਂ ਪੈ ਗਿਆ ਨਾਮ ਕਿ ਮੈਂ ਗੁਰਦਾਸ ਮਾਨ ਦੇ ਗਾਣਿਆਂ 'ਤੇ ਜ਼ਿਆਦਾ ਕੋਰੋਗ੍ਰਾਫੀ ਕਰਦਾ ਸੀ ਇਸ ਕਰਕੇ ਮੇਰਾ ਨਾਮ ਮਿੰਨੀ ਗੁਰਦਾਸ ਮਾਨ ਪਿਆ ਜੀ। ਜੀ, ਅਤੇ ਹੋਰ ਵੀ ਤੁਸੀਂ ਬਹੁਤ ਸੁਣਿਆ, ਬਹੁਤ ਵੱਡੇ ਵੱਡੇ ਸਿੰਗਰਸ ਨਾਲ ਤੁਸੀਂ ਕੰਮ ਵੀ ਕੀਤਾ, ਕਿਹੜੇ ਕਿਹੜੇ ਸਿੰਗਰ ਤਾਂ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਹਨਾਂ ਨਾਲ? ਮੈਂ ਮੈਮ ਆਲਮੋਸਟ ਅੱਜ ਤੱਕ ਤਾਂ ਸਾਰਿਆਂ ਨਾਲ ਮਿਲ ਵੀ ਚੁੱਕਾਂ, ਕੰਮ ਵੀ ਕੀਤਾ, ਜਿਵੇਂ ਅਫਸਾਨਾ ਖਾਨ ਹੋ ਗਿਆ, ਹਸਨ ਮਾਨਕ ਹੋ ਗਿਆ, ਜਾਂ ਹੋਰ ਵੀ ਬਹੁਤ ਸਿੰਗਰ। ਗਿੱਪੀ ਗਰੇਵਾਲ ਸਾਹਿਬ ਨੇ ਮੰਜੇ ਵਿਸਰੇ ਮੂਵੀ ਆਈ ਸੀ ਨਾ ਫਸਟ ਮੂਵੀ, ਉਹਦੇ 'ਚ ਵੀ ਆਪਣਾ ਰੋਲ ਸੀਗਾ ਡੋਗਰ ਦਾ ਰੋਲ ਕੀਤਾ ਸੀ ਮੈਂ। ਸ਼ੁਰੂਆਤ ਕਿਵੇਂ ਕੀਤੀ, ਕਿਸ ਤਰ੍ਹਾਂ ਸ਼ੌਂਕ ਪਿਆ ਉਹਦੇ ਬਾਰੇ ਜ਼ਰੂਰ ਦੱਸੋ। ਮੈਮ ਸ਼ੁਰੂਆਤ ਇੱਦਾਂ ਕੀਤੀ ਕਿ ਮੈਂ ਮਤਲਬ ਕਿ ਪਹਿਲਾਂ ਆਪਣੇ ਘਰਦਿਆਂ ਤੋਂ ਅਲੱਗ ਰਹਿੰਦਾ ਸੀਗਾ, ਮੇਲੇ ਵਗੈਰਾ ਮੈਂ ਕਰਨ ਲੱਗ ਗਿਆ ਇੱਦਾਂ, ਮਤਲਬ ਮੇਲਿਆਂ 'ਤੇ ਮੈਨੂੰ ਲੋਕ ਲਿਜਾਣ ਲੱਗ ਗਏ, ਉੱਥੇ ਮੈਂ ਮਾਨ ਸਾਹਿਬ ਦੇ ਗਾਣਿਆਂ 'ਤੇ ਜ਼ਿਆਦਾ ਕੋਰੋਗ੍ਰਾਫੀ ਕਰਦਾ ਸੀ, ਡਾਂਸ ਕਰਦਾ ਸੀਗਾ, ਅਤੇ ਇਸ ਕਰਕੇ ਮੇਰਾ ਮਿੰਨੀ ਗੁਰਦਾਸ ਮਾਨ ਨਾਮ ਪੈ ਗਿਆ। ਲੋਕ ਫਿਰ ਜ਼ਿਆਦਾ ਮੈਨੂੰ ਆਪ ਹੀ ਮਿੰਨੀ ਗੁਰਦਾਸ ਮਾਨ ਦੇ ਨਾਂ 'ਤੇ ਕਹਿਣ ਲੱਗ ਗਏ। ਅਤੇ ਸਟਾਰਟਿੰਗ ਜਿਸ ਤਰ੍ਹਾਂ ਤੁਸੀਂ ਕਿਹਾ ਪਰਿਵਾਰ ਦੇ ਨਾਲ ਅੱਡ ਰਹਿਣ ਲੱਗੇ, ਜਿਵੇਂ ਪਰਿਵਾਰ ਸਹਿਮਤ ਸੀ, ਸਪੋਰਟ ਕਰਦੇ ਸੀ ਤੁਹਾਨੂੰ? ਹਾਂਜੀ ਮੈਮ, ਮੇਰੇ ਇੱਦਾਂ ਸੀਗਾ, ਮੈਂ ਨਾ ਸ਼ੁਰੂ ਤੋਂ ਹੀ ਮੰਦਰ 'ਚ ਰਿਹਾ ਸੀਗਾ ਆਪਣੇ। ਹਾਂਜੀ, ਮੈਂ ਬਾਬਾ ਪੋਨਾਹਰੀ ਦਾ ਭਗਤ ਹਾਂ ਅਤੇ ਮੈਂ ਉਹਨਾਂ ਦੇ ਮੰਦਰ 'ਚ ਰਹਿੰਦਾ ਸੀ, ਮੈਂ ਉਹਨਾਂ ਦੀ ਸੇਵਾ ਕਰਦਾ ਸੀ, ਉਹਨਾਂ ਦੇ ਕੋਲ ਹੀ ਰਹਿੰਦਾ ਸੀ ਜ਼ਿਆਦਾਤਰ, ਕਿ ਮੈਨੂੰ ਇਹ ਹੁੰਦਾ ਸੀਗਾ ਕਿ ਮੈਂ ਆਪਣਾ ਮੰਦਰ 'ਚ ਹੀ ਸਾਰਾ ਟਾਈਮ ਸਪੈਂਡ ਕਰਾਂ, ਕਿ ਰੱਬ ਦਾ ਨਾਂ ਲੈਂਦਾ ਰਹਿੰਦਾ ਸੀਗਾ। ਮਤਲਬ ਕਿ 12-13 ਸਾਲ ਮੈਂ ਉੱਦਾਂ ਘਰਦਿਆਂ ਨੂੰ ਮਿਲਦਾ ਜ਼ਰੂਰ ਸੀ ਪਰ ਮੈਂ ਰਹਿੰਦਾ ਨਹੀਂ ਸੀ ਉਹਨਾਂ ਕੋਲ। 12-13 ਸਾਲ ਬਾਅਦ ਮੈਂ ਆਪਣੇ ਘਰਦਿਆਂ ਕੋਲ ਪੱਕਾ ਚਲ ਗਿਆ ਸੀਗਾ ਉੱਦਾਂ। ਅਤੇ ਜਿਹੜੇ ਸਟਾਰਟਿੰਗ ਦੇ ਦਿਨ ਸੀ ਆਪਣੀ, ਤੁਸੀਂ ਤੁਹਾਡੀ ਸਹਿਮਤੀ ਸੀ ਕਿ ਪਰਿਵਾਰ ਵੱਲੋਂ ਕੁਛ ਕਿਹਾ ਗਿਆ ਸੀਗਾ ਕਿ ਤੁਸੀਂ ਆਪਣੀ ਖੁਸ਼ੀ ਲਈ? ਮੈਮ ਆਪਣੀ ਖੁਸ਼ੀ ਲਈ ਕੀਤਾ ਸੀ, ਕਿਉਂਕਿ ਇੱਕ ਟਾਈਮ ਉੱਦਾਂ ਦਾ ਸੀਗਾ, ਇੱਕ ਲੋਕ ਜ਼ਿਆਦਾ ਮੈਨੂੰ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੀ ਹੈ ਕਿ ਹਾਈਟ ਨੂੰ ਲੈ ਕੇ ਲੋਕ ਕਰਨ ਲੱਗ ਗਏ ਸੀਗਾ, ਕਿ ਮੈਨੂੰ ਇਹ ਸੀਗਾ ਕਿ ਮੇਰੀ ਮੈਨੂੰ ਕੁਛ ਦਿਖ ਨਹੀਂ ਰਿਹਾ ਸੀ ਰਾਹ ਅੱਗੇ, ਕਿ ਇੱਕ ਮੇਰੀ ਅੰਦਰ ਮੰਨ ਲਓ ਜਿੱਦਾਂ ਟੈਲੈਂਟ ਹੀ ਕਹਿ ਦਿੰਦੇ ਨਾ, ਆਪਣੇ ਅੰਦਰ ਟੈਲੈਂਟ ਸੀ ਮੇਰੇ, ਮੈਨੂੰ ਇੱਦਾਂ ਦੇਖ ਕੇ ਹੁੰਦਾ ਸੀਗਾ ਕਿ ਮੈਂ ਵੀ ਕੁਛ ਕਰਾਂ, ਕਿ ਮਤਲਬ ਮੇਲਿਆਂ ਵਗੈਰਾ 'ਤੇ ਮੈਂ ਜਾਂਦਾ ਸੀ, ਮੈਨੂੰ ਬੁਲਾਉਂਦੇ ਸੀ ਲੋਕ, ਫਿਰ ਮੈਂ ਡਾਂਸ ਵਗੈਰਾ ਕਰਨ ਲੱਗ ਗਿਆ, ਇਸ ਤੋਂ ਫਿਰ ਮੈਨੂੰ ਹੌਲੀ ਹੌਲੀ ਮੇਰੀ ਲਾਈਨ ਦੇ ਵਿੱਚ ਪੈਰ ਪੈ ਗਿਆ। ਅਤੇ ਉਹਦੀ ਗੱਲ ਜ਼ਰੂਰ ਕਰਾਂਗੇ, ਤੁਹਾਡੀ ਹਾਈਟ ਜਿਵੇਂ ਛੋਟੀ ਹੈ, ਕੱਦ ਛੋਟਾ ਹੈ, ਤਾਂ ਕਿਸ ਤਰ੍ਹਾਂ ਲੋਕ ਕੁਛ ਕਹਿੰਦੇ ਸੀ ਤੁਹਾਨੂੰ ਫੇਸ ਕਰਨੀ ਪਈ ਹੈ, ਜਿਹੀਆਂ ਪ੍ਰੋਬਲਮ ਲੋਕਾਂ ਨੂੰ ਸੁਣਨਾ ਪਿਆ? ਮੈਂ ਤਾਂ ਤੁਹਾਨੂੰ ਪਤਾ ਹੀ, ਲੋਕ ਅੱਜ ਕੱਲ੍ਹ ਤਾਂ ਕਿਸੇ ਨੂੰ ਵੀ ਨਹੀਂ ਜੀਣ ਦਿੰਦੇ। ਸਟਾਰਟਿੰਗ 'ਚ ਮੈਨੂੰ ਲੋਕ ਬਹੁਤ ਹੀ ਜ਼ਿਆਦਾ ਬੋਲੇ ਲੋਕ, ਮਤਲਬ ਮੈਂ ਪਰੇਸ਼ਾਨ ਹੁੰਦਾ ਸੀ, ਰੋਣ ਵੀ ਲੱਗ ਜਾਂਦਾ ਸੀ, ਕਿਸੇ ਨੇ ਮੈਨੂੰ ਮਜ਼ਾਕ ਕਰ ਦੇਣਾ, ਇਸ ਤੱਕ ਕਿ ਲੋਕ ਮੈਨੂੰ ਨਾਲ ਲਿਜਾਣ ਤੋਂ ਵੀ ਕਹਿੰਦੇ ਹੁੰਦੇ ਸੀ, ਸਗੇ ਰਿਸ਼ਤੇਦਾਰ ਵੀ ਮੇਰੇ ਇਹ ਕਹਿੰਦੇ ਹੁੰਦੇ ਸੀ ਕਿ ਇਹਨੂੰ ਨਾਲ ਨਹੀਂ ਲੈ ਕੇ ਜਾਣਾ, ਕਿ ਲੋਕ ਸਾਡੀਆਂ ਵੀਡੀਓ ਬਣਾਉਣਗੇ, ਜਿੱਦਾਂ ਵੀ ਤੁਹਾਨੂੰ ਪਤਾ ਹੀ ਹੈ ਕਿ ਲੋਕ ਮਜ਼ਾਕ ਉਡਾਉਣਗੇ। ਅਗਲੇ ਮੈਨੂੰ ਕਹਿੰਦੇ ਸੀ ਨਹੀਂ ਨਹੀਂ ਬਸ ਠੀਕ ਆ ਤੁਸੀਂ ਆਪ ਘਰ ਰਹਿੰਦੇ ਸੀ, ਮੈਂ ਜ਼ਿਆਦਾ ਫਿਰ ਮੈਨੂੰ ਆਪ ਹੀ ਪਰਮਾਤਮਾ ਵੱਲੋਂ ਹੀ ਇੱਦਾਂ ਹੋ ਗਿਆ ਕਿ ਮੈਂ ਨਹੀਂ ਕੁਛ ਆਪ ਹੀ ਕਰਕੇ ਦਿਖਾਵਾਂ, ਕਿ ਇਹੀ ਲੋਕ ਮੈਨੂੰ ਕੱਲ੍ਹ ਨੂੰ ਪੁੱਛਣ ਕਿ ਬਾਬੇ ਸਾਨੂੰ ਟਾਈਮ ਮਿਲੂਗਾ ਕਿ ਤੈਨੂੰ ਮਿਲਣ ਦਾ, ਇੱਦਾਂ ਸੀਗਾ। ਹਾਂਜੀ, ਤਾਂ ਜਦੋਂ ਸ਼ੁਰੂਆਤ ਤੁਹਾਡਾ ਜਿਵੇਂ ਕੱਦ ਛੋਟਾ ਕਿੰਨਾ ਸੁਣਨਾ ਪਿਆ, ਪਰ ਹੁਣ ਤੁਸੀਂ ਜਿਹੜੇ ਮੁਕਾਮ 'ਤੇ ਪਹੁੰਚ ਗਏ ਹੋ, ਕੀ ਲੱਗਦਾ ਨਜ਼ਰੀਆ ਥੋੜ੍ਹਾ ਜਿਹਾ ਲੋਕਾਂ ਦਾ ਬਦਲਿਆ ਕਿ ਨਹੀਂ ਬਦਲਿਆ? ਮੈਮ ਬਦਲਿਆ, ਜ਼ਰੂਰ ਬਦਲਿਆ, ਉਹੀ ਲੋਕ ਤੁਹਾਨੂੰ ਦੱਸੀ ਜਾਂਦੇ ਨਾ ਕਿ ਉਹੀ ਲੋਕ ਜਿਹੜੇ ਪਹਿਲਾਂ ਮੈਨੂੰ ਦੇਖ ਨੂੰ ਮਜ਼ਾਕ ਉਡਾਉਂਦੇ ਸੀ, ਉਹੀ ਲੋਕ ਅੱਜ ਕੱਲ੍ਹ ਮੈਨੂੰ ਕਹਿੰਦੇ ਕਿ ਬਾਬੇ ਸਾਡੇ ਨਾਲ ਫੋਟੋ ਬਣਾ, ਵੀਡੀਓ ਖਿੱਚ, ਮਤਲਬ ਬਣਾ, ਜੋ ਵੀ ਹੈ ਨਾ ਤੁਹਾਨੂੰ ਪਤਾ ਹੀ ਆ,
लोग अज कल दे करके फिर मैं हौली हौली अपने टालिया कि नहीं बाबे जिदा भी परमात्मा का ना शुकर करते हैं कि हूँ मैं अपनी लाइफ के यही हाइट के कहना कि नहीं यार मैं बहुत खुशी है कि मैं यही हाइट हाँ कि अज मैं दो जिथे भी जाना लोग पछाण लेंगे कि नहीं यार बाबा है ना मिनी गुरदास मान अगले फोटो कराते वीडियो बनाते बहुत हूँ काफ़ी लोग जिन्हें कद छोटे हो रह जाते बहुत कुछ नहीं वो हार जाते हिम्मत हार जाते उन्होंने की कहना चाहोगे इस तरह तुम भी उस टाइम तो लंघे हो हूँ तुम पहुँच चुके हो वे मुकाम पर। हाँ जी मैम मैं हाइट छोटे वाले भी यही कहना कि वड्या मैं तो हर एक का साथ दिना कोई भी मेरा दोस्त है या मेरा ब्रदर आ कोई भी मेरे फ्रेंड सर्कल मेरा फ्रेंड सर्कल बहुत ही ज़्यादा वधिया जेडे मेरे नाल 24 घंटे रेंदे ने बेचारे काम छड़ के उन्होंने एक फोन करना बावे कि आ जाओ इधर जाना होगा अगले एक मिनट चाह दें कि नहीं कहें कि हाँ ओके आ कोई टेंशन आना तेरे नाल मेरे यार दोस्त मेरे फैमिली जो भी मेरे है ना फ्रेंड सर्कल सारे की मैंने बहुत वधिया सपोर्ट आया इस टाइम कि हाँ उन्होंने भी मैं कहना उन्होंने टेंशन ना लो आप जिदा मैं उदा ही तुम करके दिखाऊंगा एक बार मैं। बॉलीवुड इंडस्ट्री से इस हिसाब ना तो थोड़ा नाम बहुत वड्डा हो गया सारे नाल काम किया कि बहुत वधिया लग्या काम करके मैं मैनू इदा ज़्यादा वधिया तो मतलब कि तुम पता ही है कि जेडे स्टार ने तुम पता किसी घा भी नहीं पाते जिदा पंजाबी जी कहने अपन कोई भी नहीं किसी पुछता काम के टाइम का हर कोई आप मिलते जुलते बाद कोई भी नहीं पुछता होंगे ज़्यादा तो मैं लाइव प्रोग्राम ही ला के बहुत खुशी है कि हूँ मैं धवन संगीत परिवार ना पक्का मेरे उस्ताद पवन ढोली ने उन्होंने नाल मैं रहना 24 घंटे मेरे होर भी ब्रदर ने सनी रतन साहब ने जो मेरे जीतू भाई ने जेडे मेरे ऑर्गनाइजर ने लक्की भाई धवन भाजी उन्होंने मैं फुल सपोर्ट आ उन्होंने नाल रह के मैं खुशी मिलती है। मतलब जिस तरह तुसी वड्डे वड्डे सिंगर्स ना काम किया मतलब अगर आप गल करिए रियल लाइफ च अड़ने ते रियल लाइफ च अड़ने हो मैम सही सच्ची मैम इदा ही है जी कि वो जिदा जिन्हों जिदी लोड़ आ उहदे लई उस टाइम वो वधिया वा बाद जो कोई भी नहीं किसी ने पुछदा मैं ये गल सच आ कि जिहड़े मतलब नाल ने उही सही ने जिहड़े हुण किसी भी ला लो किसी भी किसी चीज़ का मतलब आ लोड़ आ काम लई लोड़ आ उहने उस टाइम तक ही पुछना वा उस तो अलावा कुछ नहीं पूछना एक अमन भाजी एंकर जे साडे जिन्होंने जिन्हों वलों तुम मैं कर रहे हो ना उन्होंने मैं बहुत बहुत शुक्र उन्होंने भी मैं पूरी सपोर्ट आ कि उ मैं कहते टेंशन लै बहुत अगर पाऊँगा तेन मैं तो बॉलीवुड सिंगर चो कोई भी नहीं है जिन्हें थोड़ा बहुत वधिया गल की हो हाइट में देख के थोनू ये चीज़ नहीं लगी कि हाँ यदि तो हाइट छोटी है मैम है ने अख्तर ब्रदर ने साहिल अख्तरों ने अच्छा। गुरलेज जी के छोटे ब्रदर साहिल अख्तर ने वह मेरे नाल 24 घंटे गल करते मतलब हाल चाल बोलते रहेंगे स्टार्टिंग उन्होंने सिस्टर जैसमीन अख्तर उन्होंने भी मैं कम किया गाना सॉन्ग किया मैं 24 घंटे बोलते कि हाँ जिदा भी है ना कि ਵਧੀਆ ਉਹਨਾਂ ਦਾ ਮੇਰਾ ਪਿਆਰ ਪਿਆ ਹੋਇਆ ਉਹ ਪੂਰੀ ਸਪੋਰਟ ਕਰਦੇ ਆਪਾਂ ਨੂੰ ਪੂਰੀ ਤੇ ਸਟਾਰਟਿੰਗ 'ਚ ਅਗਰ ਤੁਸੀਂ ਆਪਣੀ ਜ਼ਿੰਦਗੀ ਦੇਖਦੇ ਹੋ ਹੁਣ ਤੀਕਰ ਜਿਹੜਾ ਚੇਂਜ ਆਇਆ ਕਿਵੇਂ ਦੇਖਦੇ ਹੋ ਅਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੈਮ ਚੇਂਜ ਤੁਹਾਨੂੰ ਪਤਾ ਜਿੱਦਾਂ ਜਿੱਦਾਂ ਬੰਦੇ ਦਾ ਨਾਮ ਬਣਦਾ ਰਹਿੰਦਾ ਚੇਂਜ ਆਉਂਦਾ ਹੀ ਰਹਿੰਦਾ ਹਾਂਜੀ ਪਹਿਲਾਂ ਸਟਾਰਟਿੰਗ 'ਚ ਕੁਛ ਵੀ ਨਹੀਂ ਸੀ ਹੌਲੀ 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 ਪਰਮਾਤਮਾ ਨੇ ਜਿੱਦਾਂ ਜਿੱਦਾਂ ਬਾਂਹ ਫੜਦਾ ਗਿਆ ਵਧੀਆ ਚੇਂਜ ਆਈ ਗਿਆ ਆਪਣੇ ਆਪ ਨੂੰ ਮੈਂ ਸੈੱਟ ਕਰਦਾ ਰਿਹਾ ਕਿ ਪਹਿਲਾਂ ਨਾਲੋਂ ਹੁਣ ਮੈਂ ਬਹੁਤ ਹੀ ਵਧੀਆ ਸੈਟਿੰਗ ਚਾਹਣ ਵਾਲੇ ਖੁਸ਼ ਹਾਂ ਬਹੁਤ ਵਧੀਆ ਹੁਣ ਜਿਸ ਤਰ੍ਹਾਂ ਤੁਸੀਂ ਮੁਕਾਮ ਬਹੁਤ ਵੱਡਾ ਹਾਸਿਲ ਕਰ ਲਿਆ ਪਹਿਲਾਂ ਨਹੀਂ ਸੀ ਤਾਂ ਕੀ ਲੱਗਦਾ ਕੁਝ ਲੋਕ ਅਜਿਹੇ ਵੀ ਨੇ ਜੋ ਮਤਲਬ ਵੀ ਹੁੰਦੇ ਆ ਜਾਂ ਤੁਹਾਨੂੰ ਲੱਗਦਾ ਕਿ ਕੋਈ ਮੈਨੂੰ ਅਪਰੋਚ ਕਰਦਾ ਬਹੁਤ ਲੋਕ ਮੈਂ ਮਤਲਬ ਵੀ ਮੈਨੂੰ ਲੋਕਾਂ ਨੇ ਬਹੁਤ ਜ਼ਿਆਦਾ ਮੇਰੇ ਨਾਲ ਮਤਲਬ ਕੱਢਿਆ ਕਿ ਹੈ ਨਾ ਮੈਂ ਹਰ ਇੱਕ ਦਾ ਸਾਥ ਦਿੱਤਾ ਕਈ ਮੇਰੇ ਰਿਸ਼ਤੇਦਾਰ ਵੀ ਆ ਯਾਰ ਦੋਸਤ ਵੀ ਆ ਬੜੀ ਦੁਨੀਆ ਮੈਨੂੰ ਮਿਲੀ ਮੈਮ ਇੱਦਾਂ ਦੀ ਕਿ ਜਿਨ੍ਹਾਂ ਨੇ ਮੇਰਾ ਮਤਲਬ ਕੱਢਿਆ ਨਾ ਫਾਈਨੈਂਸ਼ਲੀ ਵੀ ਮੈਂ ਸਭ ਦੀ ਸਪੋਰਟ ਕੀਤੀ ਵਧੀਆ ਕੀਤਾ ਸਭ ਦਾ ਸਾਥ ਦਿੱਤਾ ਮੈਂ ਜਿੱਥੇ ਤੱਕ ਜਿੰਨੇ ਜੋਗਾ ਮੈਂ ਸੀਗਾ ਕਰਦਾ ਰਿਹਾ ਪਰ ਜਿਨ੍ਹਾਂ ਨੂੰ ਤੁਹਾਨੂੰ ਪਤਾ ਜਿਹੜੇ ਲੋਕ ਹੀ ਮਤਲਬ ਹੀ ਨੇ ਉਹ ਮਤਲਬ ਕੱਢ ਕੱਢ ਕੇ ਆਪਣਾ ਨਿਕਲਦੇ ਰਹੇ ਸਾਈਡ 'ਤੇ ਮੈਮ ਅਤੇ ਸਟਾਰਟਿੰਗ 'ਚ ਫਾਈਨੈਂਸ਼ਲੀ ਸਪੋਰਟ ਕਿੰਨੀ ਸੀ ਤੁਹਾਨੂੰ ਮੈਮ ਸਟਾਰਟਿੰਗ ਫਾਈਨੈਂਸ਼ਲੀ ਕੁਛ ਵੀ ਨਹੀਂ ਸੀਗੀ ਮੈਂ ਹੌਲੀ ਹੌਲੀ ਮੈਂ ਸਟਾਰਟਿੰਗ ਮੈਮ ਤੁਹਾਨੂੰ ਦੱਸਾਂ ਜਦੋਂ ਮੈਂ ਲਾਈਨ ਦੇ ਵਿੱਚ ਮੈਂ 100-150 ਦੇ ਵਿੱਚ ਸਟਾਰਟਿੰਗ ਕੀਤੀ ਸੀ ਹਾਂਜੀ ਸਟਾਰਟਿੰਗ ਮੈਨੂੰ ਫਾਈਨੈਂਸ਼ਲੀ ਨਹੀਂ ਸੀਗੀ ਫਾਈਨੈਂਸ਼ਲੀ ਤਾਂ ਹੁਣ ਵੀ ਨਹੀਂ ਹੈਗੀ ਜਿੰਨੇ ਜੋਗੇ ਆਪ ਜੋ ਆਪਣੇ ਸਿਰ 'ਤੇ ਆਪ ਕਰੀ ਜਾਂਦੇ ਹਾਂ ਮੈਂ ਇੰਨੀ ਹਜੇ ਫਾਈਨੈਂਸ਼ਲੀ ਹੈ ਹੀ ਨਹੀਂ ਕਿਉਂਕਿ ਮੇਰੇ ਆਪਾਂ ਛੋਟੇ ਘਰਾਂ 'ਚੋਂ ਹਾਂ ਐਵੇਂ ਮੈਂ ਤੁਹਾਨੂੰ ਕਹੀ ਹਾਂ ਕਿ ਮੈਂ ਬਹੁਤ ਤਗੜਾ ਵਾਂ ਇੱਦਾਂ ਕੁਛ ਨਹੀਂ ਹੈਗਾ ਜੋ ਕੁਛ ਆ ਆਪਣੇ ਸਟਾਰਟਿੰਗ ਲੈਣ ਤੋਂ ਆਪਣੇ ਸਟਾਰਟਿੰਗ ਤੋਂ ਕੀਤਾ ਤਾਂ ਹੁਣ ਕੀਤਾ ਉੱਦਾਂ ਮੇਰੀ ਸਿਸਟਰ ਮੇਰਾ ਸਾਥ ਦੇ ਦਿੰਦੇ ਮੇਰੀ ਮੰਮਾ ਮਦਰ ਦੇ ਦਿੰਦੇ ਫਾਦਰ ਦੇ ਦਿੰਦੇ ਆ ਉੱਦਾਂ ਫਾਈਨੈਂਸ਼ਲੀ ਤਾਂ ਥੋੜ੍ਹਾ ਬਹੁਤ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦਾ ਨਹੀਂ ਇੰਨਾ ਨਹੀਂ ਹੈਗਾ ਅਤੇ ਉਮਰ ਕਿੰਨੀ ਆ ਤੁਹਾਡੀ ਮੈਮ ਮੇਰੀ 24 ਆ ਅਤੇ ਕਿੰਨੀ ਉਮਰ 'ਚ ਤੁਸੀਂ ਸ਼ੁਰੂਆਤ ਕਰ ਲਈ ਪੈਸਾ ਕਮਾਉਣਾ ਇਹ ਕੰਮ ਕਰਨਾ ਮੈਮ ਮੈਂ 13-14 ਸਾਲ ਦੀ ਉਮਰ 'ਚ ਸੀਗਾ ਮੈਂ ਸਟਾਰਟਿੰਗ ਲੋਕ ਜਾਂਦੇ ਹੁੰਦੇ ਸੀ ਗੱਡੀ 'ਤੇ ਮੈਂ ਸਾਈਕਲ 'ਤੇ ਜਾਂਦਾ ਹੁੰਦਾ ਸੀ ਮੈਮ ਮਤਲਬ ਕਿ ਸਟਾਰਟਿੰਗ 'ਚ ਮੈਂ 13-14 ਸਾਲ ਦੀ ਉਮਰ 'ਚ ਕੰਮ ਲੈਣ 'ਚ ਪੈ ਗਿਆ ਕਿ ਜਦ ਮੈਨੂੰ ਪਤਾ ਹੀ ਸੀਗਾ ਕਿ ਮੈਨੂੰ ਹੋਰ ਪਾਸੇ ਮੇਰਾ ਰਾਹ ਨਹੀਂ ਮੈਂ ਬੜੇ ਜਗ੍ਹਾ ਧੱਕੇ ਖਾਧੇ ਲੋਕਾਂ ਦੀ ਮਿਹਨਤਾਂ ਕੀਤੀਆਂ ਨਹੀਂ ਮੈਨੂੰ ਵਧੀਆ ਪਰਮਾਤਮਾ ਨੇ ਮੇਰਾ ਕੰਮ ਸਟਾਰਟ ਕਰਤਾ ਕਿ ਮੈਨੂੰ
मेरे अंदर एक आर्ट सीगा कोरियोग्राफरी दा, मैनूं वधिया सीगी कि मैं कोरियोग्राफरी करन लगा, डांस परफॉर्मेंस करदा वां इदां वधिया। इस टाइम मैं गुरदास मान साहब दे गाणे ते ज़्यादा नचदा वां, जिहड़ी स्टार्टिंग सी मेरी। ते 13-14 साल च उम्र तुसी कमाना शुरू करता, ते तुसी पढ़े किवें हो? तां बचपना तुसी सारा मतलब गल कीती जां तुसी कमान दे विच लाती, तुसी स्ट्रगल करदे रहे उस ते? मैं स्टार्टिंग तों ही मैं स्ट्रगल करदा रहा। मैं 8th जो मैं 8वीं सीगा उदों मैं शुरू करता जी अपना स्ट्रगल शुरू करता जी। मैं 10th तक पढ़िया, उस तो इलावा फिर मेरे को ठीक ही नहीं, मेरी प्रॉब्लम बहुत सी, घर दियाँ बहुत प्रॉब्लम सी, फाइनैशियली नहीं मैं ठीक सीगा। फिर मैं अपने हिसाब ने दिता, मेरे को जिन्हें जोगा मैं हो ही गया 10th तक मैं पढ़ ही गया नॉर्मली। फिर भी तुसी मेहनत करके पढ़े हो? हाँ जी हाँ जी। ते हुण तुसी ते अगे तुसी की देखते हो, अगे फ्यूचर जो तुसी अपना की देखते हो? मैम फ्यूचर जिदा हूँ हजे तक तो तुम पता ही है कि फ्यूचर से तो यही सोचा जी कि हूँ मैं बॉलीवुड से ही जाना चाहना कि बॉलीवुड थोड़ा जहा अपने आप सैट करूँगा। हाँ। क्योंकि तुम पता होर तो इस टाइम अजे कोई मेरा है नहीं कि स्ट्रगल बहुत कर लिया, अज तक स्ट्रगल ही करते आए हैं। मैम हूँ अगे सोचा परमात्मा, जिते परमात्मा ने दाणा पानी लिखा बहर का भी सोचा, बहर भी जावे जिते परमात्मा ने लिखता उ कर देना सेटिंग। ते किसी ने थोड़ा हाथ फड़िया या तुसी हुण जिवें बॉलीवुड च वी गल करिए थोनू जानन लग गए ने, तुसी कोरियोग्राफ जिवें कीता है अफसाना खान नाल, तां किसी ने हाथ फड़िया थोड़ा कोई गल दस्सो? मैम इदां जिवें लाइव शो ते जिवें मैं जांदा सी ना, मेरे नाल मेरे आर्टिस्ट जिहड़ी मेरे असिस्टेंट शो लांदे आ मेरे नाल, मेरे अपने चंडीगढ़ तों ने उहनां दा मैं नाम भुल गया, उहनां ने मैनूं कहा कहिंदे बाबे तेरी हाइट छोटी है कि तू, चलो मैं अपने मूंह की कहिंदे तेरी परसनैलिटी वी हैगी ना अजकल जिदा हाइट छोटिया की होंगी है, कहते तू अपना इधर लैन, मैं भैने की तुम थोड़ा जहा सोचो। फिर उन्होंने मेरी उन्होंने मेरी फोटो भेजिया, वीडियो भेजी जी, लाइव मैं शो ला रहा, वीडियो वगैरह बना के भेजी, वो कहते टेंशन लो असं यदि फुल सपोर्ट करा। साई लखतर भीरे ने मेरी लाइव शो वीडियो देखी, उत्तों फिर उन्होंने अपने सिस्टम दिखाया, वो कहते कि यह छोटी जी एड वाला मुंडा पूरी स्टेज सामभ रहा कि कोई ना तू इनू बुला कि आप इनू गाने च लैना वा ऐतकी पक्का। होर भी किसी अप्रोच आई है कि थोड़ी वीडियोज़ देख के किसी ने होर अप्रोच किया हो? मैम अप्रोच इदा ही है कि वीडियोज़ देख के ज़्यादा हुई ने, इदा किसी ने अजे साथ नहीं दिता अजे। हाँ जी। तो जिस तरह असी थोनू मिलवाया है मिनी गुरदास मान नाल, उत्थे ही इन्हां वल्लों बहुत सारे परफॉर्म किए गए, तो अजे ही किस तरह जिहड़ा कि कद छोटा होने नाल बहुत लोग हिम्मत हार जाते हैं, उत्थे ही थोड़े सामने एक जिहड़ी एग्जाम्पल एड्डी वड्डी खड़ी है, किस तरह कद छोटा होने के बावजूद फाइनैशियली सपोर्ट भी नहीं सी, उन्हें फाइनैशियली वैल ऑफ भी नहीं सी, फिर भी इन्ना वड्डा मुकाम हासिल कर लिया कि हुण कोरियोग्राफी वह बॉलीवुड जाके भी करते हैं। हुण उम्मीद है सानू भी ब्लैसिंग ने साडियां भी कि तुसी बॉलीवुड भी जरूर जाओ। होर अपडेट से तुसी देखदे हो लुधियाना टाइम्स कैमरामैन दीपक हीवा नाल, मैं हर्ष कौर।